ਆ ਗਿਆ ਬਾਬੇ। ਸਤਿ ਸ਼੍ਰੀ ਅਕਾਲ ਦੋਸਤੋ, ਕੰਬੋਜ ਰੈਕਟਸ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ। ਅਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਕਰਨ ਔਜਲਾ ਦੀ ਐਲਬਮ ਦੇ ਉੱਤੇ ਬਹੁਤ ਹੀ ਵੱਡੀ ਅਪਡੇਟ ਵੇਖਣ ਨੂੰ ਮਿਲੇਗੀ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟਾਂ ਦੇ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਵਾਇਓ। ਚਲੋ ਕਰਦੇ ਹਾਂ ਵੀਡੀਓ ਨੂੰ ਸਟਾਰਟ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਕਿ ਸਵੇਰੇ ਕਰਨ ਔਜਲਾ ਅਤੇ ਦੀਪ ਰਿਹਾਂ ਦੇ ਵੱਲੋਂ ਕਿਹਾ ਗਿਆ ਸੀ ਕਿ 13 ਤਰੀਕ ਨੂੰ ਐਲਬਮ ਦੇ ਉੱਤੇ ਵੱਡੀ ਅਨਾਊਂਸਮੈਂਟ ਕੀਤੀ ਜਾਵੇਗੀ। ਅਤੇ ਇਸ ਤੋਂ ਬਾਅਦ ਕਈ ਲੋਕ ਸਾਨੂੰ ਪੁੱਛ ਰਹੇ ਸੀ ਕਿ 13 ਤਰੀਕ ਨੂੰ ਕਰਨ ਔਜਲਾ ਦਾ ਐਲਬਮ ਦਾ ਇੰਟਰੋ ਆਵੇਗਾ ਜਾਂ ਫਿਰ ਕਰਨ ਔਜਲਾ ਦੇ ਐਲਬਮ ਦਾ ਨਵਾਂ ਪੋਸਟਰ ਆਵੇਗਾ। ਅਤੇ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਕਿ 13 ਤਰੀਕ ਨੂੰ ਸ਼ਾਇਦ ਸਾਨੂੰ ਕਰਨ ਔਜਲਾ ਦੀ ਐਲਬਮ ਦਾ ਨਵਾਂ ਪੋਸਟਰ ਵੇਖਣ ਨੂੰ ਮਿਲਣ ਵਾਲਾ ਹੈ, ਜਿਸ ਪੋਸਟਰ ਦੇ ਵਿੱਚ ਸਾਰੇ ਗਾਣਿਆਂ ਦੀ ਲਿਸਟ ਦਿੱਤੀ ਹੋਵੇਗੀ ਅਤੇ ਨਾਲ ਹੀ ਇੰਟਰੋ ਦੀ ਰਿਲੀਜ਼ ਡੇਟ ਵੀ ਦੱਸ ਦਿੱਤੀ ਜਾਵੇਗੀ। ਅਤੇ ਇਸ ਐਲਬਮ ਦੇ ਵਿੱਚ 12 ਤੋਂ ਵੀ ਜ਼ਿਆਦਾ ਗਾਣੇ ਹੋਣ ਵਾਲੇ ਨੇ। ਜੇਕਰ ਸਾਨੂੰ ਐਲਬਮ ਦੇ ਉੱਤੇ ਹੋਰ ਕੋਈ ਅਫੀਸ਼ੀਅਲ ਅਪਡੇਟ ਮਿਲਦੀ ਹੈ ਤਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਇਸ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਲੱਗੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ। ਜਿਨ੍ਹਾਂ ਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਦਿਓ, ਜਿੰਨਾ ਹੋ ਸਕੇ ਸ਼ੇਅਰ ਜ਼ਰੂਰ ਕਰਿਓ। ਇੰਸਟਾਗ੍ਰਾਮ ਆਈਡੀ ਤੁਹਾਨੂੰ ਸਕਰੀਨ ਦੇ ਉੱਤੇ ਦਿੱਤੀ ਹੋਵੇਗੀ, ਕੰਬੋਜ.ਰੈਕਟਸ, ਉੱਥੇ ਜਾ ਕੇ ਫੋਲੋ ਕਰ ਲਿਓ। ਚੰਗਾ, ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਥੈਂਕ ਯੂ।